ਇਹ ਦੋਸਤੋ ਇੱਕ ਬੱਕਰੀ ਆ ਮੰਡੀ ਵਿੱਚ ਆਈ ਆ, ਇੱਥੇ ਸੂਪਈ ਆ ਅਤੇ ਉਹਨਾਂ ਨਾਲ ਗੱਲ ਕਰਦੇ ਨਾਲੇ ਰੇਟ ਸ਼ੇਟ ਪੁੱਛਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਨਾਮ ਕੀ ਆਪਣਾ? ਵਸੀਮ। ਵਸੀਮ, ਇਹ ਟੈਡੀ ਬੱਕਰੀ ਹੈ? ਹਾਂਜੀ, ਟੈਡੀ ਬੱਕਰੀ। ਇਹ ਤੁਹਾਡੀ ਘਰ ਦੀ ਹੈ ਜਾਂ ਬਾਹਰੋਂ ਖਰੀਦੀ ਹੈ? ਬਾਹਰੋਂ ਖਰੀਦੀ ਹੈ। ਇੱਥੇ ਆ ਕੇ ਸੂਪਈ? ਹਾਂਜੀ ਹਾਂਜੀ। ਦੋ ਬੱਚੇ ਦਿੱਤੇ ਨੇ ਬੱਕਰੇ ਨੇ, ਬੱਕਰੀਆਂ ਦਿੱਤੀਆਂ ਨੇ? ਪੱਠਾ। ਅੱਛਾ, ਪੱਠਾ ਨੇ ਜੀ। ਅਤੇ ਇਹ ਕੈਮਰਾਮੈਨ ਸਾਹਿਬ ਜ਼ਰਾ ਦਿਖਾਓ। ਅੱਛਾ, ਪਹਿਲੇ ਇਹਦੀ ਕੀ ਕੀਮਤ ਸੀ? ਸੂਣ ਤੋਂ ਪਹਿਲੇ ਬੱਕਰੀ ਦੀ ਕੀ ਕੀਮਤ ਸੀ? 12,000। ਹੁਣ ਕਿੰਨੀ? 14,000। ਉਹ ਸੂ ਪਈ ਹੈ ਨਾ? ਹੁਣ ਸੂ ਪਈ ਹੈ, ਨਾਲ ਉਹਨਾਂ ਦੇ ਪੈਸੇ ਵੀ ਪਾ ਲੈਣੇ 1,000। ਅੱਛਾ, ਇਹ ਬੜੀ ਕਮਜ਼ੋਰ ਆ ਯਾਰ, ਬੱਕਰੀ ਬੜੀ ਕਮਜ਼ੋਰ ਆ ਤੇਰੀ। ਕੀ ਆਖ ਸਕਦੇ ਆ, ਕਮਜ਼ੋਰ ਹੈ ਤਾਂ। ਤੁਸੀਂ ਦੇਖ ਰਹੇ ਹੋ ਦੋਸਤੋ, ਟੈਡੀ ਬੱਕਰੀ ਆਈ ਇਹਨੇ ਮਾਸ਼ਾਅੱਲਾ, ਇੱਥੇ ਮੰਡੀ ਦੇ ਵਿੱਚ ਹੀ ਦੋ ਦੇ ਦਿੱਤੇ ਨੇ। ਸੂਣ ਤੋਂ ਪਹਿਲੇ 12,000 ਦੀ ਸੀ, ਹੁਣ 14,000 ਦੀ ਹੋ ਗਈ, ਹੁਣ ਫਾਈਨਲ ਕਿੰਨੇ ਦੀ? ਫਾਈਨਲ 13,000 ਦੀ। ਬਸ 500 ਦਾ ਲੈ ਲਾ ਪਾ ਲਿਆ। ਹਾਂਜੀ ਬਸ, ਸਹੀ। ਅੱਛਾ ਚਲੋ, ਉਹ ਪਰਲੀ ਬੱਕਰੀ ਦਿਖਾਓ ਜਰਾ, ਜਿਹੜੇ ਉਹ ਵੱਡੀ ਹੈ ਸਾਡੀ। ਇਹ ਦੋਸਤੋ ਇੱਧਰ ਆ ਜਾਓ, ਇਹ ਬੱਕਰੀ ਦਿਖਾਉਣਾ ਜ਼ਰਾ, ਇਹ ਬੱਕਰੀ ਦਿਖਾਓ ਜ਼ਰਾ। ਅੱਛਾ ਸਰ, ਇਹ ਬੱਕਰੀ ਕਿੰਨੇ ਦੀ ਹੈ? 15,000 ਦੀ। ਦੁੱਧ ਵਾਲੀ ਹੈ? ਹਾਂਜੀ। ਨਸਲ ਕਿਹੜੀ ਹੈ? ਦੇਸੀ। ਦੇਸੀ ਹੈ। ਇਹ ਸੂਣ ਵਾਲੀ ਹੈ ਜਾਂ ਕੀ ਹਿਸਾਬ ਹੈ ਇਹਦਾ? ਮਾਸ਼ਲ ਸੂਈ ਹੋਈ ਹੈ। ਹੈਂ? ਸੂਈ ਹੋਈ ਹੈ। ਇਹਦੇ ਬੱਚੇ ਕਿੱਥੇ ਨੇ? ਵਿਕ ਗਏ। ਅੱਛਾ, ਬੱਚੇ ਲੈਦਾ ਵੇਚਦੇ, ਲੈਦਾ ਵੇਚੋਗੇ? ਹਾਂਜੀ। ਇਹਦਾ ਰੇਟ ਕਿੰਨਾ ਮੰਗਿਆ? 15,000। ਲੱਗਿਆ ਕਿੰਨਾ? ਲੱਗਾ ਹਾਲੇ ਕੋਈ ਨਹੀਂ। ਅੱਛਾ, ਹਜੇ ਲੱਗਿਆ ਕੋਈ ਨਹੀਂ ਹੈਗਾ। ਅਤੇ ਇਹਦਾ ਦੁੱਧ ਕਿੰਨਾ ਖੋਏਗਾ ਇੱਕ ਟਾਈਮ ਦਾ? ਕੋਈ ਪਤਾ ਨਹੀਂ। ਅੱਛਾ, ਤੁਸੀਂ ਚੋਈ ਨਹੀਂ, ਬਾਹਰੋਂ ਆਈ ਅਤੇ ਬਾਹਰ ਵੇਚਤੀ? ਹਾਂਜੀ। ਚਲੋ ਠੀਕ ਹੋ ਗਿਆ। ਅੱਛਾ, ਅਤੇ ਇਹ ਲੈ ਲਏ ਵੀ ਤੁਹਾਡੇ ਨੇ? ਇਹ ਦੋਸਤੋ ਉਹਨਾਂ ਦਾ ਡੀਲ ਹੋ ਰਹੀ ਹੈ, ਜ਼ਰਾ ਮਸਰੂਫ ਹੋ ਗਏ ਨੇ, ਔਰ ਜਿਹਦੇ ਉਹ ਫ੍ਰੀ ਹੁੰਦੇ ਨੇ ਫਿਰ ਤੁਹਾਨੂੰ ਦਿਖਾਉਂਦੇ ਆ। ਲੈ ਲਏ ਵੀ ਆ, ਛੋਟੇ ਲੈ ਕੇ ਆਏ ਨੇ, ਇਹ ਛਤਰੇ ਇਹਨਾਂ ਦੇ ਕੋਲ ਨੇ, ਲੰਮਿਆਂ ਕੰਨਾਂ ਵਾਲੇ, ਛੋਟਿਆਂ ਕੰਨਾਂ ਵਾਲੇ, ਔਰ ਆ ਪੱਠਾ ਨੇ। ਇੱਕ ਬੱਕਰੀ ਇਹਨਾਂ ਦੀ ਸੂਈ ਵੀ ਆ ਇੱਥੇ, ਅੱਗੇ ਤੁਹਾਨੂੰ ਦਿਖਾਈ ਆ। ਉਹਨਾਂ ਦੀ ਜ਼ਰਾ ਡੀਲ ਹੋ ਰਹੀ ਆ, ਮਸਰੂਫ ਨੇ, ਜਿੱਦੇ ਫ੍ਰੀ ਹੁੰਦੇ ਨੇ ਤਾਂ ਫਿਰ ਉਹਨਾਂ ਨਾਲ ਗੱਲ ਵੀ ਕਰਦੇ। ਰੇਟ ਕੋਈ ਲਾ ਤੂੰ ਪੈਸੇ ਲਾਵਾ, ਮੈਂ ਲਾਇਨ ਪੈਸੇ ਤੈਨੂੰ 11,000 22,000 ਮੁਜ਼ਾਰਾ ਨਹੀਂ ਲੱਭਦੇ। ਕਿਹੜੇ ਕਿਹੜੇ ਨੇ ਜਿਹਨਾਂ ਦਾ ਸੌਦਾ ਹੋ ਰਿਹਾ? ਇੱਕ ਇਹਦਾ ਔਰ ਇੱਕ ਐਸ ਲੈ ਲੈਦਾ, ਇਹਨਾਂ ਦੋਵਾਂ ਦਾ ਸੌਦਾ ਹੋ ਰਿਹਾ। ਤੁਸੀਂ ਕਿੰਨਾ ਮੰਗ ਰਹੇ ਦੋਵਾਂ? 22,000। 22,000 ਰੁਪੀਜ਼ ਉਹਨਾਂ ਨੇ ਕਿੰਨੇ ਲਾਏ ਨੇ? 11,000। ਉਹਨਾਂ ਨੇ ਦੋਵਾਂ ਲੈ ਲਿਆ ਦੀ 11,000 ਰੁਪਈਆ ਲਾਈ। ਬੜਾ ਬਹੁਤ ਵੱਡਾ ਡਿਫਰੈਂਸ ਆ, ਬੜਾ ਫਰਕ ਇਹਦੇ ਵਿੱਚ। ਕਿੰਨੇ ਲੈ ਲੈ ਕੇ ਆਏ ਸੀ ਸੁਬਹ ਤੁਸੀਂ? ਸੁਬਹ 5। 5? ਇਹ ਤਾਂ ਵੱਧ ਗਿਆ ਅੱਗੇ ਨਾਲੋਂ। ਦੋ ਇੱਥੋਂ ਲੈ ਲੈ। ਅੱਛਾ, ਦੋ ਇੱਥੋਂ ਹੋਰ ਲੈ ਲੈਣੇ। ਕਿਹੜੀ ਜਗ੍ਹਾ ਤੋਂ ਆਏ ਨੇ? ਗੁਲਾਮ ਸ਼ਾਹ ਚੋਂ। ਅੱਛਾ, ਇੱਥੋਂ ਹੀ ਆਏ ਨੇ। ਅਤੇ ਆਹ ਪੱਠਾ ਕਿੰਨੀਆਂ ਲਿਆਏ ਸੀ? ਪੱਠਾ ਹਨ ਨਹੀਂ ਕੋਈ ਨਹੀਂ, ਬੱਕਰੇ ਨੇ। ਇਹ ਸਾਰੇ ਇੱਥੋਂ ਖਰੀਦੇ ਨੇ ਬੱਕਰੇ? ਨਹੀਂ ਨਹੀਂ, ਘਰ ਦੇ। ਅੱਛਾ, ਇਹ ਘਰ ਦੇ ਨੇ। ਕੋਈ ਜਾਨਵਰ ਵੇਚਿਆ ਸੁਬਹ ਤੱਕ? ਨਹੀਂ, 4 ਵੇਚੇ ਨੇ। ਮੰਡੀ ਦੀ ਕੀ ਪੋਜੀਸ਼ਨ ਅੱਜ? ਸਹੀ ਆ, ਮਤਲਬ ਆਪ ਸਹੀ ਪਰਫਾਰਮ ਕਰ ਰਹੀ ਹੈ ਜਾਂ ਠੰਡੀ ਹੈ? ਸਹੀ ਹੈ, ਦਰਮਿਆਨੀ ਹੈ। ਦਰਮਿਆਨੀ ਹੈ, ਯਾਨੀ ਕਿ ਗਾਹਕ ਆ ਰਿਹਾ, ਟੱਚ ਕਰ ਰਿਹਾ। ਹਾਂਜੀ ਬਸ। ਚਲੋ ਠੀਕ ਹੋ ਗਿਆ ਸਰ, ਬੜੀ ਮਿਹਰਬਾਨੀ, ਸ਼ੁਕਰੀਆ।